ਜੀ ਰਾਜਵਿੰਦਰ ਕੀ ਚੱਕਰ ਆ ਜਿਹੜਾ ਤਾਂ ਝਗੜਾ ਆਇਆ ਕਿਹਦੇ ਨਾਲ ਹੋਇਆ ਕਦੋਂ ਆਇਆ ਭਾਅ ਜੀ ਆ ਭਰਾ ਹੈ ਆਪਣਾ ਅਤੇ ਇਹਦੇ ਗੱਲ ਪਏ ਅਤੇ ਮੈਂ ਤਾਂ ਛਡਾਉਣ ਦੇ ਚੱਕਰ 'ਚ ਹੋ ਗਿਆ ਇਹ ਸੈਂਸ ਕਦੋਂ ਆਇਆ ਭਾਅ ਜੀ ਤੁਹਾਡਾ ਝਗੜਾ ਕਿਹੜੀ ਜਗ੍ਹਾ 'ਤੇ ਹੋਇਆ ਆ ਭਾਅ ਜੀ ਗਲੀ 'ਚ ਹੋਇਆ ਝਗੜਾ ਕਿਹੜੇ ਬੰਦੇ ਨਾਲ ਕੋਈ ਤੁਹਾਡੀ ਪੁਰਾਣੀ ਕੋਈ ਰੰਜਿਸ਼ ਵਗੈਰਾ ਕਿਸੇ ਨਾਲ ਹੈਗੀ ਸੀ ਹਾਂਜੀ ਉਹ ਰੰਜਿਸ਼ ਉਹਨਾਂ ਨੇ ਕੱਢੀ ਜੀ ਹੁਣ ਕੀ ਮੰਗ ਕੀ ਕਰਦੇ ਹੋ ਭਾਅ ਜੀ ਮੰਗ ਇਹ ਹੋ ਅਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਪੁਲਿਸ ਨੂੰ ਕੋਈ ਇਸ ਬਾਰੇ ਕੰਪਲੇਂਟ ਕੀਤੀ ਤੁਸੀਂ ਹਾਂਜੀ ਕੀਤੀ ਜੀ ਕੋਈ ਅਜੇ ਤੱਕ ਕਾਰਵਾਈ ਹੋਈ ਤੁਹਾਡੇ ਕੋਈ ਨਹੀਂ ਜੀ ਇਹ ਕੀ ਮਾਮਲਾ ਜੀ ਜਿਹੜਾ ਇਹ ਭਾਅ ਜੀ ਕੁਛ ਟਾਈਮ ਪਹਿਲਾਂ ਮੈਂ ਫੜਿਆ ਗਿਆ ਸੀਗਾ ਅਤੇ ਮੁੰਡੇ ਦਾ ਨਾਂ ਲਿੱਤਾ ਸੀਗਾ ਅੱਛਾ ਜੀ ਅਤੇ ਕੱਲ੍ਹ ਭਾਅ ਜੀ ਮੈਂ 4:30 ਕੰਮ ਤੋਂ ਆਇਆ ਅਤੇ ਇਕੱਲੇ ਦੇ ਗੱਲ ਪੈ ਗਏ ਉਸ ਤੋਂ ਬਾਅਦ ਮੈਂ ਘਰ ਆ ਗਿਆ ਕਿਹੜੀ ਜਗ੍ਹਾ 'ਤੇ ਹੋਇਆ ਵਾਕਿਆ ਇਹ ਭਾਅ ਜੀ ਗਮਟਾਏ ਠੇਕੇ ਲੱਗੇ ਕੋਈ ਪੁਰਾਣੀ ਰੰਜਿਸ਼ ਸੀ ਹਾਂਜੀ 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 ਕੀ ਰੰਜਿਸ਼ ਕੀ ਸੀ ਪੁਰਾਣੀ ਇਹ ਭਾਅ ਜੀ ਨਾਂ ਲਿੱਤਾ ਸੀ ਮੈਂ ਫੜਿਆ ਗਿਆ ਸੀਗਾ ਅੱਛਾ ਜੀ ਅਤੇ ਉਹਨੂੰ ਚੁੱਕਿਆ ਗਿਆ ਸੀ ਅੱਛਾ ਜੀ ਉਸ ਤੋਂ ਬਾਅਦ ਭਾਅ ਜੀ 4 ਆਇਆ ਮੈਂ ਕੰਮ ਤੋਂ ਅਤੇ ਇਕੱਲੇ ਦੇ ਗੱਲ ਪੈ ਗਏ ਠੇਕੇ ਲੱਗ ਗਏ ਘਰ ਆ ਗਿਆ ਮੈਂ ਮੁੜ ਕੇ ਦੋਨੋਂ ਭਰਾ ਮੇਰੇ ਘਰ ਆਏ ਫਿਰ ਮੈਂ ਬਾਹਰ ਗਿਆ ਘਰ ਆਣ ਕੇ ਫਿਰ ਗੱਲ ਪੈ ਗਈ ਸ਼ਾਮੀ ਉਹਨਾਂ ਦਾ ਨਾਮ ਕੀ ਜਿਹਨਾਂ ਦਾ ਤੁਹਾਡਾ ਸੱਚਾ ਕਰਾਇਆ ਵਿਸ਼ਾਲ ਕਾਸ਼ ਸਾਹਿਲ ਹੁਣ ਕੀ ਮੰਗ ਕੀ ਕਰਦੇ ਪੁਲਿਸ ਬਾਰੇ ਕੰਪਲੇਂਟ ਕਰਾਈ ਤੁਸੀਂ ਕੋਈ ਇਹੋ ਭਾਈ ਫੜੇ ਜਾਂ ਪੁਲਿਸ ਨੂੰ ਕੰਪਲੇਂਟ ਕਰਾਈ ਹਾਂਜੀ ਹਾਂਜੀ ਕਰਾਈ ਹਜੇ ਤਾਂ ਕੋਈ ਕਾਰਵਾਈ ਹੋਈ ਤੁਹਾਡੇ 'ਤੇ ਨਹੀਂ ਕਾਰਵਾਈ ਨਹੀਂ ਹੋਈ ਹੁਣ ਕੀ ਮੰਗ ਕੀ ਕਰਦੇ ਹੋ ਭਾਅ ਜੀ ਤੁਸੀਂ ਮੰਗ ਭਾਅ ਜੀ ਇਹੋ ਫੜੇ ਜਾਣ ਭੀਮ ਜੈ ਭਾਰਤ ਮੈਂ ਆਦਿ ਧਰਮ ਸਾਹਿਬ ਨੂੰ ਮਿਲਾਓ ਕਰਦਾ ਪੀਟਰ ਪ੍ਰਧਾਨ ਗਮਟਾਲਾ ਮੈਂ ਬੇਨਤੀ ਕਰਦਾ ਵੀ 4:30 ਮੇਰਾ ਬੱਚਾ ਜੋਬ ਤੋਂ ਵਾਪਸ ਆ ਰਿਹਾ ਜਿਸ ਕਾਰਨ ਰਸਨ ਦੇ ਕਾਰਨ ਇਹਨੂੰ ਬੇਟੇ ਮੇਰੇ ਨੂੰ ਘੇਰਿਆ ਗਿਆ 4:30 ਇਕੱਲਾ ਬੇਟਾ ਮੇਰਾ ਜਦੋਂ ਠੇਕੇ ਲਾ ਕੇ ਘੇਰਿਆ ਗਿਆ ਉੱਥੋਂ ਇਹਨਾਂ ਕੋਲ ਜਾਨ ਛਡਾ ਕੇ ਆਪਣੇ ਘਰ ਆਇਆ ਉਹ ਤੋਂ ਬਾਅਦ ਮੇਰਾ ਬੇਟਾ ਦੂਸਰਾ ਜੋਬ ਕਰਕੇ 7:00 ਜਦੋਂ ਘਰ ਆਇਆ ਇਹ ਤਿੰਨੇ ਬੇਟੇ ਇੱਕ ਮੇਰਾ ਭਤੀਜਾ ਦੋ ਮੇਰੇ ਬੇਟੇ ਆਪਣੇ ਘਰ ਆਏ ਆ ਇਹਨਾਂ ਮੇਰੇ ਘਰ ਆਣ ਕੇ ਵਾਰਦਾਤ ਦਾਤਰਾਣਾ ਕੀਤੀ ਗਈ ਆ ਔਰ ਮੇਰੇ ਬੇਟਿਆਂ ਨੂੰ ਦੋਵਾਂ ਦਾਤਰਾਂ ਦੇ ਸੱਟਾਂ ਲਾਈਆਂ ਗਈਆਂ ਔਰ ਭਤੀਜੇ ਮੇਰੇ ਦੇ ਸੱਟਾਂ ਲਾਈਆਂ ਗਈਆਂ ਪੁਲਿਸ ਨੂੰ ਮੈਂ ਕੱਲ੍ਹ 8:30 ਦੀ ਦਰਖਾਸਤ ਦਿੱਤੀ ਹੋਈ ਆ ਪੁਲਿਸ ਅਜੇ ਤੱਕ ਕੋਈ ਬੰਦੇ ਗ੍ਰਿਫਤਾਰ ਨਹੀਂ ਕਰ ਰਹੀ ਮੈਂ ਪੁਲਿਸ ਨੂੰ ਬੇਨਤੀ ਕਰਦਾ ਵੀ ਇਸ ਚੀਜ਼ ਦਾ ਗੁੰਡਾਗਰਦੀ ਜਿਹੜੀ ਆ ਗਮਟਾਲੇ ਦੇ ਵਿੱਚ ਖਾਸ ਕਰਕੇ ਇਹ ਬੰਦ ਕੀਤੀ ਜਾਵੇ ਇਸ ਬੰਦੇ ਜਿਹੜੇ ਆ ਗੁੰਡਾਗਰਦੀ ਕਰਨ ਵਾਲੇ ਅਰੈਸਟ ਕੀਤੇ ਜਾਣ ਜਿਹੜੇ ਬੰਦਿਆਂ ਨੇ ਸੱਟਾਂ ਮਾਰੀਆਂ ਵਾ ਉਹ ਕੋਈ ਪੁਰਾਣੀ ਉਹਨਾਂ ਦੀ ਕੋਈ ਦੁਸ਼ਮਣ ਸੀ ਤੁਹਾਡੇ ਬੱਚਿਆਂ ਨਾਲ ਜਾਂ ਕੀ ਸੀ ਜਾਂ ਕੋਈ ਬਦਮਾਸ਼ੀ ਲਾਈਨ ਦੇ 'ਚ ਕਿਹੜੇ ਬੇਟਾ ਮੇਰਾ ਪਿੱਛੇ ਕੁਛ ਕ੍ਰਾਈਮੀਅਨ ਕੇਸ 'ਚ ਫੜਿਆ ਗਿਆ ਸੀ ਔਰ ਪੁਲਿਸ ਨੂੰ ਜਿਹੜਾ ਕਿ ਅਰੈਸਟ ਕਰਦੀ ਪੁਲਿਸ ਮਾਰਕੁੱਟ ਦੇ ਕਾਰਨ ਇਸ ਬੱਚੇ ਨੇ ਨਾਂ ਲੈ ਲਿਆ ਉਹਦਾ ਉਹਦੇ ਕਾਰਨ ਨਾਂ ਲੈਣ ਦੇ ਕਾਰਨ ਇਸ ਬੱਚੇ ਨੇ ਅੱਜ ਮੇਰੇ ਬੱਚੇ ਦੇ ਹਾਂ ਦੁਸ਼ਮਣੀ ਕੀਤੀ ਗਈ ਆ ਹੁਣ ਮੰਗ ਕੀ ਕਰਦੇ ਮੈਂ ਮੰਗ ਪੁਲਿਸ ਵਾਲੀ ਬੇਨਤੀ ਕਰਾਂਗਾ ਪੁਲਿਸ ਨੂੰ ਵੀ ਮੇਰੇ ਬੱਚੇ ਸਾਨੂੰ ਇਨਸਾਫ਼ ਦਵਾਇਆ ਜਾਵੇ ਅਤੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ